ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਖੰਨਾ ਦੇ ਜੀਟੀ ਰੋਡ ਉੱਪਰ ਸਥਿਤ ਗੁਰਦੁਆਰਾ ਸ੍ਰੀ ਕਲੰਗੀਧਰ ਸਾਹਿਬ ਪਹੁੰਚੇ, ਜਿੱਥੇ ਕਿ ਸ਼੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਮੀਟਿੰਗ ਰੱਖੀ ਗਈ। ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਕਿਹਾ ਹੈ ਕਿ ਸਾਰੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇੱਕ ਦਲ ਬਣਾਉਣਾ ਚਾਹੀਦਾ ਹੈ। ਜੇਕਰ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਮਸਲੇ, ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਿਆ ਜਾ ਸਕਦਾ ਹੈ। ਇਹ ਜੋ ਪਿੱਛੇ ਆਪਣਾ 1 ਜੂਨ ਨੂੰ ਇਲੈਕਸ਼ਨ ਹੋਈ ਆ, ਉਹਦੇ 'ਚ ਖਡੂਰ ਸਾਹਿਬ ਹਲਕਾ ਫਰੀਦਕੋਟ, ਅਤੇ ਉੱਥੇ ਜਿਹੜੀਆਂ ਕਿ ਵੋਟਾਂ ਪਾਉਣ ਦਾ ਤਾਂ ਠੀਕ ਹੈ, ਉੱਥੇ ਦੇ ਲੋਕਾਂ ਨੇ ਮੌਕਾ ਮਿਲਿਆ, ਪਰ ਉਸ 'ਚ ਸਹਿਯੋਗ ਸਾਰੇ ਸਿੱਖ ਪੰਥ ਦਾ, ਸਾਰੇ ਪੰਜਾਬੀਆਂ ਦਾ ਰਿਹਾ, ਦੇਸ਼ ਵਿਦੇਸ਼ ਵੱਸਦੀਆਂ ਸੰਗਤਾਂ ਦਾ ਰਿਹਾ। ਉਹਦੇ 'ਚੋਂ ਇੱਥੋਂ ਖੰਨੇ ਤੋਂ ਵੀ ਜਾਂ ਹੋਰ ਏਰੀਏ 'ਚੋਂ ਵੀ ਬਹੁਤ ਲੋਕਾਂ ਨੇ ਉੱਥੇ ਜਾ ਕੇ ਉਹ ਕੰਪੇਨ 'ਚ ਵੀ ਹਿੱਸਾ ਲਿਆ, ਹੋਰ ਤਨ ਮਨ ਧਨ ਨਾਲ ਸੇਵਾ ਕੀਤੀ। ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨ ਵਾਸਤੇ ਵੀ ਜਗ੍ਹਾ ਜਗ੍ਹਾ ਜਾ ਰਹੇ ਹਾਂ, ਅਤੇ ਇੱਕ ਹੋਰ 1-2 ਬੇਨਤੀਆਂ ਲੈ ਕੇ ਵੀ ਜਾ ਰਹੇ ਹਾਂ, ਕਿਉਂਕਿ ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਪਾਰਲੀਮੈਂਟ ਆ, ਸ਼੍ਰੋਮਣੀ ਕਮੇਟੀ, ਉਹਦੀਆਂ ਜਿਹੜੀਆਂ ਨਾ ਇਲੈਕਸ਼ਨ 13-14 ਸਾਲ ਬਾਅਦ ਸ਼ਾਇਦ ਹੋਣ ਜਾ ਰਹੀ ਹੈ, ਅਜੇ ਵੀ ਕੋਈ ਭਰੋਸਾ ਨਹੀਂ ਕਿ ਸ਼ਾਇਦ ਕਿੰਨਾ ਚਿਰ ਲੱਗ ਜਾਏ, ਪਰ ਉਹਦੇ ਵਾਸਤੇ ਜਿਹੜੀ ਚੋਣਾਂ ਦੇ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਨੂੰ ਵੀ ਮੇਰੇ ਖਿਆਲ 8-9 ਮਹੀਨੇ ਹੋ ਚੱਲੇ ਆ, ਅਤੇ ਉਹਦੇ ਵਾਸਤੇ ਵੀ ਸਾਡੀ ਸਿੱਖ ਸੰਗਤ 'ਚ ਨਾ ਕਾਫੀ ਅਵੇਸਲਾਪਨ ਹੈ, ਅਤੇ ਉਹ ਇਹਨੇ 3-4 ਵਾਰੀ ਉਹਦਾ ਸਮਾਂ ਵਧਾਏ ਜਾਣ ਦੇ ਬਾਵਜੂਦ ਵੀ ਬਹੁਤ ਘੱਟ ਵੋਟਾਂ ਬਣੀਆਂ। ਇਸ ਕਰਕੇ ਅਸੀਂ ਸੰਗਤਾਂ 'ਚ ਇਹ ਵੀ ਅਪੀਲ ਲੈ ਕੇ ਜਾ ਰਹੇ ਹਾਂ ਕਿ ਤੁਸੀਂ ਇਹ ਜੋ ਤੁਹਾਡਾ ਇੱਕ ਅਧਿਕਾਰ ਆ ਤੁਹਾਨੂੰ ਇਹ ਜਿਹੜੀ ਗੌਰਮੈਂਟ ਵੱਲੋਂ ਮਿਲਿਆ ਹੋਇਆ ਜਾਂ ਆਪਣੇ ਸੰਸਥਾਵਾਂ ਨੂੰ ਸਹੀ ਕਰਨ ਵਾਸਤੇ ਤੁਸੀਂ ਤੁਹਾਡੇ ਕੋਲ ਮੌਕਾ ਵਾ, ਇਸ ਕਰਕੇ ਤੁਸੀਂ ਆਪੋ ਆਪਣਾ ਜਿਹੜੇ ਵੋਟ ਬਣਾਓ ਅਤੇ ਆਪਣਾ ਅਧਿਕਾਰ ਪ੍ਰਾਪਤ ਕਰੋ, ਅਤੇ ਆਉਣ ਵਾਲੇ ਸਮੇਂ ਜਦੋਂ ਇਲੈਕਸ਼ਨ ਹੁੰਦੀ ਆ ਤਾਂ ਆਪਾਂ ਗੁਰਸਿੱਖੀ 'ਚ ਪਰਿਪੱਕ ਪੰਥ ਨੂੰ ਪਿਆਰ ਕਰਨ ਵਾਲੇ, ਪੰਥਕ ਜਜ਼ਬੇ ਵਾਲੇ, ਜੋ ਸੇਵਾ ਸਿਮਰਨ ਵਾਲੇ ਬੰਦੇ ਇਹ ਸਬਰ ਸੰਤੋਖ ਵਾਲੇ ਹੋਣ, ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ, ਅਤੇ ਜੋ ਸਾਡੀਆਂ ਸੰਸਥਾਵਾਂ 'ਚ ਅੱਜ ਨਿਗਾਰ ਦਿਖ ਰਿਹਾ, ਬਹੁਤ ਨੀਵੇਂ ਪੱਧਰ 'ਤੇ ਚਲੀਆਂ ਗਈਆਂ, ਉਹਨਾਂ ਨੂੰ ਉਹਨਾਂ ਦੀ ਆਨ ਸ਼ਾਨ ਦੁਬਾਰਾ ਬਹਾਲ ਕਰਨ ਵਾਸਤੇ, ਜਾਂ ਜੋ ਉਹ ਸਿੱਖ ਪੰਥ ਨੇ ਜਿਸ ਮਕਸਦ ਲਈ ਉਹਨਾਂ ਨੂੰ ਬਣਾਇਆ ਸੀ, ਉਹ ਆਪਣਾ ਮਕਸਦ ਪੂਰਾ ਕਰਨ। MP1 ਤੋਂ ਬਾਅਦ ਜਿਹੜੇ ਅੰਮ੍ਰਿਤਪਾਲ ਜੀ ਨੇ, ਹੁਣ ਤਾਂ ਹਾਲੇ ਵੀ ਦਿੱਲੀ 'ਚ ਬੰਦ ਨੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ, ਸਰਕਾਰਾਂ ਦਾ ਕਿਹੋ ਜਿਹਾ ਰੁਖ ਆਉਣਾ? ਨਹੀਂ, ਇਹ ਦੇਖੋ ਜੀ, ਸਰਕਾਰ ਦੀ ਇੱਕ ਧੱਕੇ ਸਾਈ ਸ਼ਾਹੀ ਆ ਜਾਂ ਬੇਇਨਸਾਫੀ ਆ, ਸਾਡੀ ਸਿੱਖ ਕੌਮ ਨਾਲ ਪੈਰ ਪੈਰ 'ਤੇ ਧੱਕਾ ਕੀਤਾ ਜਾ ਰਿਹਾ। ਇਹ ਅੰਮ੍ਰਿਤਪਾਲ ਦਾ ਕਸੂਰ ਤਾਂ ਸਿਰਫ ਇੰਨਾ ਸੀ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਰਹੇ ਸੀ, ਗੁਰੂ ਨਾਲ ਜੋੜ ਰਹੇ ਸੀ, ਹੋਰ ਤਾਂ ਕੋਈ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ, ਅਤੇ ਉਹਨਾਂ 'ਤੇ NSA ਲਾਉਣੀ, ਫਿਰ ਉਹਨੂੰ ਵਧਾਉਣਾ, ਇਹ ਮੇਰਾ ਖਿਆਲ ਹੈ ਕਿ ਉਹਦਾ ਜਵਾਬ ਹੀ ਸੰਗਤਾਂ ਨੇ ਆ ਇਲੈਕਸ਼ਨ 'ਚ ਦੇ ਵੀ ਦਿੱਤਾ ਕਿ ਬਹੁਤ ਪੰਜਾਬ ਤੋਂ ਸਭ ਤੋਂ ਵੱਧ ਬਹੁਮਤ ਨਾਲ ਉਹਨਾਂ ਨੂੰ ਜਿਤਾਇਆ, ਪਰ ਸਰਕਾਰ ਫਿਰ ਵੀ ਮਤਲਬ ਇੰਨੀ ਢੀਠਤਾਈ ਜਾਂ ਧੱਕੇਸ਼ਾਹੀ ਲਾ ਲਓ ਕਿ ਉਹ ਇੰਨੇ ਲੋਕਾਂ ਨਾਲ ਨੁਮਾਇੰਦਗੀ ਨੂੰ ਵੀ ਨਹੀਂ ਪ੍ਰਵਾਨ ਕਰ ਰਹੀ, ਅਤੇ ਉਹਨਾਂ ਵਾਸਤੇ ਵੀ ਕੋਈ ਜਾਂ ਉਹਨਾਂ ਦੇ ਸਾਥੀਆਂ ਵਾਸਤੇ ਕੋਈ ਵੀ ਨਹੀਂ ਹੋ ਰਿਹਾ, ਜਾਂ ਸਾਡੇ ਬੰਦੀ ਸਿੰਘ ਆ ਪੁਰਾਣੇ ਇੰਨੇ ਇੰਨੇ ਸਾਲਾਂ ਤੋਂ ਬੈਠੇ ਆ, ਜਾਂ ਬੇਅਦਬੀ ਦੇ ਮਾਮਲੇ ਆ, ਉਹਨਾਂ ਦਾ ਕੋਈ ਇਨਸਾਫ ਨਹੀਂ, ਜਿਨ੍ਹਾਂ ਦੇ ਕਰਕੇ, ਨਸ਼ਿਆਂ ਦਾ ਕਰਕੇ, ਬੇਅਦਬੀ ਦਾ ਕਰਕੇ ਇਹ ਸਾਰੀਆਂ ਸਰਕਾਰਾਂ ਹੋਣ 'ਚ ਆਈਆਂ 2-3, ਪਰ ਫਿਰ ਵੀ ਆ ਕੇ ਉੱਥੇ ਆ ਕੇ ਸਾਰੇ ਮੁੱਦੇ ਵਿਸਾਰ ਦਿੰਦੀਆਂ ਅਤੇ ਆਪਣੇ ਖਾਲੀ ਸਰਕਾਰਾਂ ਦਾ, ਪੰਜਾਬ ਸਰਕਾਰ ਦਾ, ਕੇਂਦਰ ਸਰਕਾਰ ਦਾ, ਇਹਦੇ 'ਚ ਲੱਗਦਾ ਕਿ ਦੋਵਾਂ ਸਰਕਾਰਾਂ ਦੀ ਮਿਲੀ ਭੁਗਤ ਹੈ, ਇਹਦੇ 'ਚ ਦੋਵੇਂ ਸਰਕਾਰਾਂ ਦਾ ਹੀ ਆ, ਕਿਉਂਕਿ NSA ਜਿਹੜੇ ਆ, ਨੈਸ਼ਨਲ ਸਕਿਉਰਿਟੀ, ਅਤੇ ਸੈਂਟਰ ਗੌਰਮੈਂਟ ਦਾ ਵੀ, ਅਤੇ ਇਹਦੇ 'ਚ ਰਿਕਮੈਂਡੇਸ਼ਨ ਤਾਂ ਮੇਰਾ ਲੱਗਦਾ ਸਰਕਾਰ, ਪੰਜਾਬ ਸਰਕਾਰ ਦੀ ਹੈ, ਅਤੇ ਇਸ ਕਰਕੇ ਇਹ ਦੋਵੇਂ ਇਸ ਤਰ੍ਹਾਂ ਹੀ ਇਹ ਪੰਜਾਬ ਨਾਲ ਧੱਕਾ ਕਰ ਰਹੀਆਂ, ਅਤੇ ਇਹਦੇ ਵਾਸਤੇ ਵੀ ਅਸੀਂ ਜੋ 19 ਤਰੀਕ ਦੀ ਪੰਥਕ ਇਕੱਤਰਤਾ ਰੱਖੀ ਆ, ਪੰਥਕ ਇਕੱਤਰਤਾ ਰੱਖੀ, ਉਹਦੇ 'ਚ ਵੀ ਅਸੀਂ
ਇਹੋ ਹੀ ਚੀਜ਼ਾਂ ਸਾਰੀਆਂ ਜੋ ਸਾਡੇ ਪੰਥਕ ਮਸਲੇ ਆ ਜਾਂ ਪੰਜਾਬ ਨਾਲ ਸੰਬੰਧਿਤ ਮਸਲੇ ਆ। ਜਿਹੜੀ ਪਾਰਟੀ ਬਣਾਉਣ ਦਾ ਸੀਗਾ ਵੀ ਅਧਿਕਾਰ ਬਣਾ ਰਹੇ ਸੀ ਵੀ ਭਾਈ ਖਾਲਸਾ ਜੀ ਫਰੀਦਕੋਟ ਜਿਹੜੇ ਐਮ ਪੀ ਨੇ ਜਾਂ ਅੰਮ੍ਰਿਤਪਾਲ ਜੀ ਵੀ ਜਿਹੜੀ ਰਾਜਨੀਤਿਕ ਪਾਰਟੀ ਕੋਈ ਬਣਾ ਰਹੇ ਹੋ? ਨਹੀਂ, ਅਜੇ ਫਿਲਹਾਲ ਅਸੀਂ ਕੋਈ ਇੱਦਾਂ ਦਾ ਵਿਚਾਰ ਨਹੀਂ ਗਾ, ਪਰ ਜੇ ਸੰਗਤਾਂ ਜਾਂ ਸੰਗਤਾਂ ਤੋਂ ਅਸੀਂ ਰਾਏ ਲਵਾਂਗੇ, ਜੇ ਕੋਈ ਇੱਦਾਂ ਦੀ ਜ਼ਰੂਰਤ ਮਹਿਸੂਸ ਕਰਨ ਕਿ ਆਪਾਂ ਨੂੰ ਕੋਈ ਇਹੋ ਜਿਹੀ ਪਾਰਟੀ ਬਣਾਉਣ ਦੀ ਲੋੜ ਆ ਜਾਂ ਕੋਈ ਪੰਥਕ ਜਥੇਬੰਦੀ ਬਣਾਉਣ ਦੀ ਲੋੜ ਆ, ਤਾਂ ਉਹ ਫਿਰ ਉੱਤੇ ਵਿਚਾਰ ਕੀਤਾ ਜਾ ਸਕਦਾ। ਅਜੇ ਤਾਂ ਇੱਦਾਂ ਦਾ ਕੋਈ, ਅਤੇ ਬਾਕੀ 19 ਤਰੀਕ ਨੂੰ ਸੰਗਤਾਂ ਦਾ ਅਸੀਂ ਉਹ 'ਚ ਵੀ ਉਹਦੀ ਰਾਏ ਲਈ ਜਾਊਗੀ, ਉਦੋਂ ਬਾਅਦ 'ਚ ਵੀ ਅਸੀਂ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਸਾਰੀਆਂ ਪੰਥਕ ਧਿਰਾਂ ਨਾਲ ਆਮ ਸੰਗਤਾਂ ਨਾਲ ਅਸੀਂ ਵਿਚਾਰ ਕਰਕੇ ਉਦੋਂ ਬਾਅਦ 'ਚ ਹੀ ਇਹ ਫੈਸਲਾ ਲਿਆ। ਉਹਦੀਆਂ ਤਿਆਰੀਆਂ ਜੀ ਅਸੀਂ ਵੱਡੇ ਪੱਧਰ 'ਤੇ ਲੱਗੇ ਹੋਏ ਹਾਂ, ਅਤੇ ਇਹ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਵੀ ਜਗ੍ਹਾ ਜਗ੍ਹਾ ਜਾ ਕੇ ਕਰ ਰਹੇ ਹਾਂ, ਅਤੇ ਬਾਕੀ ਅਸੀਂ ਸਾਰੇ ਓਪਨਲੀ ਸੱਦਾ ਦਿੱਤਾ ਹੋਇਆ, ਸਾਰੇ ਕੋਈ ਵੀ ਉਹਦੇ 'ਚ ਆ ਸਕਦਾ। ਅਰੇ ਸਪੈਸ਼ਲੀ ਸੱਦਾ ਤਾਂ ਅਸੀਂ ਕਿਸੇ ਨੂੰ ਨਹੀਂ ਦਿੱਤਾ ਜੀ, ਹੁਣ ਇੱਕ ਅੱਧੇ ਦਿਨ 'ਚ ਮੀਟਿੰਗ ਬੁਲਾ ਕੇ ਆਪਣੇ ਜਿਹੜੇ ਉਹਦੇ ਪ੍ਰਬੰਧਕ ਆ ਉਹਨਾਂ ਨਾਲ ਕਿ ਸਾਨੂੰ ਸਪੈਸ਼ਲ ਕਿਸੇ ਨੂੰ ਸੱਦਾ ਦੇਣ ਦੀ ਲੋੜ ਆ ਜਾਂ ਕਿ ਜਾਂ ਇੱਦਾਂ ਓਪਨ ਹੀ ਰਹਿਣਾ। ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿਹੜੀ NSA ਲੱਗੀ ਹੈ, ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ, ਸਟੇਟ ਗਵਰਨਮੈਂਟ ਨੂੰ, ਸੈਂਟਰ ਗਵਰਨਮੈਂਟ? ਨਹੀਂ, ਇਹ ਜੀ ਮੇਰਾ ਖਿਆਲ ਹੈ ਕਿ ਸਟੇਟ ਗੌਰਮੈਂਟ ਹੀ ਹੈ ਮੇਨ ਜ਼ਿੰਮੇਵਾਰ, ਅਤੇ ਵਿੱਚ ਉਹਨਾਂ ਸੈਂਟਰ ਦਾ ਵੀ ਇਹਦੇ 'ਚ ਸਹਿਯੋਗ ਉਹਨਾਂ ਨੂੰ ਪੂਰਾ, ਅਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕਰਨ ਵਾਸਤੇ ਸਾਰੀਆਂ ਸਰਕਾਰਾਂ ਇੱਕੋ ਜਾਂਦੀਆਂ। ਜਦੋਂ ਹੁਣ ਕੋਈ ਅਸੀਂ ਇਨਸਾਫ ਮੰਗਦੇ ਹਾਂ ਤਾਂ ਉਦੋਂ ਇੱਕ ਦੂਜੇ 'ਤੇ ਜ਼ਿੰਮੇਵਾਰੀ ਸੁੱਟੀ ਜਾਂਦੀ ਆ। ਜਿਵੇਂ ਤੁਸੀਂ ਪਿਛਲੇ ਟਾਈਮ ਦੇਖਿਆ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ, ਉਹ ਸੈਂਟਰ ਗੌਰਮੈਂਟ ਕਹਿੰਦੀ ਹੈ ਜੀ ਦਿੱਲੀ ਗੌਰਮੈਂਟ ਨੇ ਕਰਨੀ ਆ, ਦਿੱਲੀ ਗੌਰਮੈਂਟ ਕਹਿੰਦੀ ਹੈ ਜੀ ਉਹ ਸੈਂਟਰ ਗੌਰਮੈਂਟ ਨੇ ਕਰਨੀ ਆ, ਇੱਦਾਂ ਦੇ ਜਦੋਂ, ਅਤੇ ਜਦੋਂ ਕਿਸੇ ਕੋਈ ਇਹੋ ਜਿਹਾ ਐਕਸ਼ਨ ਲੈਣਾ ਉਦੋਂ ਇਹ ਸਾਰੀਆਂ ਅਤੇ ਇੱਕਦਮ ਇਕੱਠੀਆਂ ਹੋ ਜਾਂਦੀਆਂ। ਸਰ, ਇਹ ਸਾਰਾ ਜੀ ਸਿੱਖ ਸਾਡੀ ਸਭ ਤੋਂ ਵੱਡੀ ਜਿਹੜੀ ਘਾਟ ਸਾਡੀ ਫੁੱਟ ਦੀ ਹੈ ਜੀ। ਅਸੀਂ ਆ ਜ਼ਿਆਦਾ ਧੜਿਆਂ 'ਚ ਵੰਡੇ ਹੋਣਾ, ਜ਼ਿਆਦਾ ਪੋਲੀਟੀਕਲ ਪਾਰਟੀਆਂ 'ਚ ਵੰਡੇ ਹੋਣਾ, ਇਹ ਇੱਕ ਮਸਲੇ 'ਤੇ ਕੋਈ ਸਹਿਮਤੀ ਨਾ ਹੋਣਾ, ਸਾਡੀ ਜਿਹੜੀ ਰਵਾਇਤੀ ਲੀਡਰਸ਼ਿਪ ਸੀ ਉਹਨਾਂ ਦਾ ਸਿਰਦ ਨਾ ਹੋਣਾ, ਇਹ ਸਾਰੀਆਂ ਚੀਜ਼ਾਂ ਇਹਦੇ 'ਚ ਕਾਰਨ ਹੈ ਜੀ। ਤਾਂ ਕਰਕੇ ਨਹੀਂ ਉਹਨਾਂ ਦੀ ਰਿਹਾਈ ਹੋ ਰਹੀ ਜਾਂ ਸਾਨੂੰ ਕੋਈ ਤਾਂ ਕਰਕੇ ਇਨਸਾਫ ਨਹੀਂ ਮਿਲ ਰਿਹਾ। ਛੱਡ ਕੇ ਤੁਸੀਂ ਆਪਣੇ ਨਿੱਜਵਾਦ ਲਈ ਕੰਮ ਕਰੋਗੇ, ਆਪਣੀ ਕੌਮ ਨੂੰ ਆਪਣੇ ਪੰਜਾਬ ਨੂੰ ਤੁਸੀਂ ਪਿੱਛੇ ਛੱਡੋਗੇ, ਤਾਂ ਉਦੋਂ ਫਿਰ ਲੋਕਾਂ ਦੇ ਮਨਾਂ 'ਚੋਂ ਕਿੰਨਾ ਫਿਰ ਵੀ ਬਹੁਤ ਲੰਮਾ ਸਮਾਂ ਲੋਕਾਂ ਨੇ ਉਹਨਾਂ ਦੀਆਂ ਗਲਤ ਨੀਤੀਆਂ ਨੂੰ ਵੀ ਸਵੀਕਾਰ ਕੀਤਾ, ਪਰ ਬੇਅਦਬੀ ਵਰਗਾ ਮੁੱਦਾ ਜਿਹੜਾ ਸੀ ਉਹਦੇ 'ਤੇ ਉਹਨਾਂ ਨੇ ਨਾ ਕੋਈ ਐਕਸ਼ਨ ਲੈਣਾ ਜਾਂ ਨਾ ਉਹ ਜਿਹੜੇ ਉਹਦੇ ਬੇਅਦਬੀ ਕਰਨ ਦੇ ਦੋਸ਼ੀ ਸੀ ਉਹਨਾਂ ਦੀ ਪੁਸ਼ਤ ਪਨਾਹੀ ਕਰਨੀ, ਇਹ ਸੰਗਤਾਂ ਨੂੰ ਬਰਦਾਸ਼ਤ ਨਹੀਂ ਹੋਈ। ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਹੁਣ ਇਸ ਵਿਸ਼ੇ 'ਤੇ ਗੱਲ ਨਹੀਂ ਸੀ ਹੋਈ। ਜਿੱਦਣ ਉਹ ਸਾਨੂੰ 5 ਤਰੀਕ ਨੂੰ ਸਹੁੰ ਚੁੱਕਣ ਵਾਸਤੇ ਆਏ ਸੀ, ਉਹਦੇ ਨਾਲ ਮਿਲੇ ਸੀ, ਉਹਨਾਂ ਨੇ ਇਹੀ ਸਿੱਖ ਜਗਤ ਨੂੰ ਅਪੀਲ ਕੀਤੀ ਸੀ ਕਿ ਮੇਰੇ ਵੱਲੋਂ ਅਪੀਲ ਕਰਿਓ ਕਿ ਸ਼੍ਰੋਮਣੀ ਕਮੇਟੀ ਦੀ ਵੋਟਾਂ 'ਚ ਤੁਸੀਂ